ਤੁਦੀ ਹੋਈ ਆ ਮੂਵਮੈਂਟ ਦੀ, ਬਹੁਤ ਬਾਕਮਾਲ ਚੀਜ਼ ਆ। ਪਰ ਕੱਲੀ ਲਾਮਬੰਦੀ ਵੀ ਕੁਛ ਨਹੀਂ ਹੁੰਦੀ, ਲੀਡਰਾਂ ਤੋਂ ਬਿਨਾਂ ਸਿਰੇ ਲੱਗ ਪਾਊਗਾ ਨਹੀਂ, ਲੀਡਰਾਂ ਤੋਂ ਬਿਨਾਂ ਨਹੀਂ। ਦੇਖੋ ਹਮੇਸ਼ਾ ਹੀ ਸਾਡੇ ਨਾਲ ਆਏ ਹੁੰਦਾ, ਲੋਕ ਉੱਠਦੇ ਆ, ਲੋਕਾਂ 'ਚ ਜਜ਼ਬਾ ਹੈਗਾ, ਲੋਕ ਜਾਂਦੇ ਆ, ਲੋਕ ਆਪਦਾ ਵਿਰੋਧ ਅਤੇ ਵਿਦਰੋਹ ਦਰਜ ਕਰਾਉਂਦੇ ਆ, ਪਰ ਲੀਡਰਸ਼ਿਪ ਨੂੰ ਸੇਧ ਨਹੀਂ ਦੇਣੀ ਆਉਂਦੀ। ਸਾਡੇ ਉਭਾਰ ਪਹਿਲਾਂ ਵੀ ਉੱਠੇ ਆ। ਤੁਹਾਨੂੰ ਅਗਵਾਈ ਕਰਦਾ ਨਜ਼ਰ ਕੌਣ ਆਉਂਦਾ? ਸਿੱਧੂ ਸਾਹਿਬ ਦੇਖੋ, ਇਕੱਲੇ ਕਲਾਕਾਰਾਂ ਦੇ ਧਰਨਿਆਂ ਨਾਲ ਤਾਂ ਜਾਂ ਕਿਸਾਨਾਂ ਦੇ ਧਰਨਿਆਂ ਨਾਲ ਤੁਹਾਨੂੰ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ, ਹਾਂਜੀ, ਕਿ ਮੁੱਦੇ ਸਿਰੇ ਨਹੀਂ ਲੱਗਦੇ, ਨਹੀਂ ਲੱਗਦੇ, ਕੋਈ ਚੰਗਾ ਬੰਦਾ ਅਗਵਾਈ ਨਹੀਂ ਕਰ ਪਾਉਂਦਾ। ਦੇਖੋ ਗੱਲ ਇਹੀ ਆ, ਤੁਹਾਨੂੰ ਅਗਵਾਈ ਕਰਦਾ ਕਿਹੜਾ ਨਜ਼ਰ ਆਉਂਦਾ? ਲੋਕਾਂ 'ਚੋਂ ਹੀ ਸਾਨੂੰ ਲੀਡਰ ਪੈਦਾ ਕਰਨੇ ਪੈਣੇ ਆ। ਜਿਹੜੀ ਸਾਡੀ ਲੀਡਰਸ਼ਿਪ ਸਾਲਾਂ ਬੱਧੀ ਸਾਨੂੰ ਅੱਗੇ ਲੱਗ ਕੇ ਕਿਤੇ ਲਿਜਾਂਦੀ ਰਹੀ ਆ, ਉਹ ਤਾਂ ਕਿਤੇ ਲਿਜਾ ਨਹੀਂ ਸਕੀ। ਸਿੱਧੂ ਲੀਡਰ ਬਣਨੀ ਤਿਆਰ ਨੇ ਕਿਉਂਕਿ ਧਰਨੇ ਤੇ ਮੁਜ਼ਾਹਰੇ ਲੀਡਰ ਵੀ ਪੈਦਾ ਕਰਦੇ ਨੇ। ਦੇਖੋ ਨਹੀਂ, ਸਾਡੀ ਮੈਂ ਲੀਡਰ ਬਣਨ ਵਾਸਤੇ ਤਿਆਰ ਨਹੀਂ ਜਾਂ ਹਾਂ ਦੀ ਗੱਲ ਨਹੀਂ ਆ। ਸਾਡੀ ਰਵਾਇਤ ਸਮਝੋ ਕੀ ਸੀ, ਸਾਡੀ ਰਵਾਇਤ ਸੀ ਪੰਚਾਇਤਾਂ, ਸੰਗਤ ਫੈਸਲੇ ਕਰਦੀ ਸੀ, ਬੰਦ ਕਮਰਿਆਂ 'ਚ ਫੈਸਲੇ ਨਾ ਹੋਣ। ਅੱਜ ਜੇ ਸਾਡੇ ਨਾਲ ਕੋਈ, ਦੇਖੋ ਸਭ ਤੋਂ ਵੱਡੀ ਗੱਲ ਇਹ ਜਿਹੜੀ ਇੱਕ ਮੂਵਮੈਂਟ ਆ ਨਾ ਪੰਜਾਬ 'ਚ ਖੜੀ ਹੋਈ, ਇੱਕ ਗੱਲ ਯਾਦ ਰੱਖਿਓ, ਇਹਨੇ ਇਸ ਖਿੱਤੇ 'ਚੋਂ ਇੱਕ ਵੱਡਾ ਇਨਕਲਾਬ ਖੜਾ ਕਰਨਾ, ਪਰ ਉਹ ਤਾਂ ਹੀ ਹੋ ਸਕਦਾ ਜੇ ਜਿਹੜੀ ਸਾਡੀ ਹੁਣ ਲੀਡਰਸ਼ਿਪ ਆ ਇਹ ਸਮਝੇ ਵੀ ਅਸੀਂ ਜਾ ਕਿੱਧਰ ਨੂੰ ਗਏ ਹਾਂ। ਰਾਜਨੀਤਿਕ ਸਮਝ ਉਹਦੇ ਕੋਲ ਹੋਣੀ ਚਾਹੀਦੀ ਆ, ਚੇਤਨਾ ਹੋਣੀ ਚਾਹੀਦੀ ਆ, ਲੋਕਾਂ 'ਚ ਆ ਗਈ ਆ। ਮੈਂ ਇੱਕ ਗੱਲ ਕਹਿੰਦਾ, ਨਹੀਂ ਨਹੀਂ ਇਸ ਮੁੱਦੇ ਨੂੰ ਲੈ ਕੇ ਹੋਵੇ ਜਾਂ ਹੋਰ ਮੁੱਦੇ, ਹੁਣ ਪੰਜਾਬ 'ਚ ਹੋਰ ਬਹੁਤ ਮੁੱਦੇ ਆ, ਪਰ ਫਿਲਹਾਲ ਜਿਹੜਾ ਉਭਾਰ ਆਇਆ ਕਿਸਾਨਾਂ ਦੇ ਮਸਲੇ ਤੋਂ, ਇਸ ਆਰਡੀਨੈਂਸ ਤੋਂ ਇਹ ਉਭਾਰ ਆਇਆ, ਪਰ ਜਿਹੜਾ ਜੋਸ਼ ਲੋਕ ਦਿਖਾ ਰਹੇ ਆ ਜਾਂ ਗੁੱਸਾ ਪ੍ਰਗਟ ਕਰ ਰਹੇ ਆ ਉਹ ਹੋਰ ਮੁੱਦਿਆਂ ਨੂੰ ਲੈ ਕੇ ਵੀ ਆ। ਇਕੱਲਾ ਜੇ ਆਪਾਂ ਕਹੀਏ ਆਰਡੀਨੈਂਸ ਨੂੰ ਲੈ ਕੇ ਇਹ ਨਹੀਂ, ਪਰ ਜੋ ਹਾਲਤ ਸਾਡੀ ਇਸ ਟਾਈਮ ਜਿੰਨਾ ਹਾਲਾਤਾਂ 'ਚੋਂ ਪੰਜਾਬ ਗੁਜ਼ਰ ਰਿਹਾ, ਚਾਹੇ ਉਹ ਆਰਥਿਕ ਮਸਲੇ ਹੋਣ, ਪ੍ਰਵਾਸ ਦਾ ਮਸਲਾ ਹੋਵੇ, ਇੰਪਲੋਇਮੈਂਟ ਦੇ ਮਸਲੇ ਹੋਣ, ਸਤਿ ਸ਼੍ਰੀ ਅਕਾਲ ਜੀ, ਜਾਂ ਹੋਰ ਬਥੇਰੇ ਸਾਡੇ ਕੋਲ ਮਸਲੇ ਆ ਜਿਨ੍ਹਾਂ ਨੂੰ ਇਸ ਵੇਲੇ ਅਸੀਂ ਨਜਿੱਠ ਰਹੇ ਹਾਂ, ਜਿਨ੍ਹਾਂ ਨਾਲ ਜੂਝ ਰਹੇ ਹਾਂ। ਸੋ ਮੈਂ ਨਾਲ ਸੰਗਤ ਦੇ ਨਾਲ ਆ, ਇਸ ਧਰਤੀ ਦੇ ਨਾਲ ਆ, ਵਫ਼ਾਦਾਰੀ ਨਿਭਾਊਂਗਾ ਜੀ, ਮੈਂ ਨਹੀਂ ਹਿੱਲੂੰਗਾ, ਜੋ ਸੰਗਤ ਹੁਕਮ ਕਰੂਗੀ ਉਹੀ ਕਰਾਂਗੇ। ਪਰ ਮੈਂ ਜੇ ਕਹਾਂ ਵੀ ਮੈਂ ਆਪਦਾ ਕੋਈ ਫੈਸਲਾ ਲਊਂਗਾ, ਉਹ ਨਹੀਂ ਹੋਊਗਾ। ਰਵਾਇਤੀ